जी गाय सत श्री अकाल, मैं थोड़ा अपना गुरपिंदर सिंह ते मेरा चैनल गुरसिद्धू पीबी ते ही ते अज दा ब्लॉग होण जा रहा बहुत खास, जुड़े रहो मेरे चैनल दे नाल। ਇਹ ਬਾਜ਼ਾਰ ਕਿਹੜੇ ਸ਼ਹਿਰ ਦਾ ਹੈ? ਬਠਿੰਡੇ ਦਾ। ਬਠਿੰਡੇ ਇਹ ਬਠਿੰਡਾ ਹੈ ਕਿ ਫਿਰੋਜ਼ਪੁਰ ਹੈ, ਹੁਸ਼ਿਆਰਪੁਰ ਹੈ, ਕਿਹੜਾ? ਇੱਧਰ ਨੂੰ ਮੋੜ ਦੀ, ਇੱਧਰ 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 ਮੇਰੀ ਜਿੱਦਣ ਨੂੰ ਫੋਨ ਕਰਿਆ ਵਾ ਇਹਨੂੰ। ਹਾਂ ਇਹ ਮੁੜਾ ਜਿਹਾ ਤੁਸੀਂ ਮਾਣ ਜਾਂ ਕਈ ਦੱਸਿਓ ਤੁਸੀਂ ਕਮੈਂਟ ਕਰਕੇ ਵੀ ਕਿਹੜਾ ਸ਼ਹਿਰ ਹੈ ਇਹ, ਵੀ ਤੁਸੀਂ ਜੇ ਦੱਸ ਦਿਓ ਵੀ ਇਹ ਸ਼ਹਿਰ ਕਿਹੜਾ ਹੈ। ਧੰਨ ਧੰਨ ਹੋ ਜੂਗੀ, ਧੰਨ ਧੰਨ ਕਮਾਲ ਦੀ ਗੱਲ ਹੈ ਜੇ ਤੁਸੀਂ ਦੱਸ ਦਿਓ। ਵੈਸੇ ਮੈਨੂੰ ਤਾਂ ਲੱਗਦਾ ਹੁਣ ਦੇਖੋ ਤੁਸੀਂ ਮੈਂ ਇੱਕ ਵਾਰੀ ਹੋਰ ਆਪਾਂ ਆ ਗਏ ਹਾਂ ਫਤਿਹਗੜ੍ਹ ਸਾਹਿਬ ਅਤੇ ਮੱਥਾ ਟੇਕ ਲਿਆ ਜੀ ਫਤਿਹਗੜ੍ਹ ਸਾਹਿਬ। ਅਤੇ ਹੁਣ ਆਪਾਂ ਜਾਣਾ ਬਾਬਾ ਵੀਰ ਅਮਦਾਸ ਜੀ ਦੇ, ਯਾਨੀ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਮਾਮਾ ਜੀ ਲੱਗਦੇ ਸੀਗੇ, ਮਾਤਾ ਗੁਜਰੀ ਦੇ ਚਚੇਰੇ ਭਰਾ ਸੀਗੇ ਬਾਬਾ ਵੀਰ ਅਮਦਾਸ ਜੀ। ਹੁਣ ਤੁਹਾਨੂੰ ਉਹਨਾਂ ਦੇ ਡੇਰੇ 'ਚ ਲੈ ਕੇ ਜਾਵਾਂਗੇ, ਠੀਕ ਹੈ ਜੀ? ਹੁਣ ਮਿਲਦੇ ਹਾਂ ਆਪਾਂ ਬਾਬਾ ਜੀ ਦੇ ਡੇਰੇ 'ਚ ਜਾ ਕੇ। ਹਾਂਜੀ ਗਾਇਜ਼, ਆਪਾਂ ਫਤਿਹਗੜ੍ਹ ਸਾਹਿਬ ਮੱਥਾ ਟੇਕ ਲਿਆ ਅਤੇ ਹੁਣ ਆਪਾਂ ਜਾਣਾ ਬਾਬਾ ਵੀਰ ਅਮਦਾਸ ਜੀ ਦੇ ਡੇਰੇ 'ਚ ਅਤੇ ਅੱਜ ਤੁਹਾਨੂੰ ਵੀ ਬਾਬਾ ਜੀ ਦੇ ਡੇਰਾ ਦਿਖਾਵਾਂਗੇ ਅਤੇ ਆਪਾਂ ਚੱਲਦੇ ਹਾਂ ਬਾਬਾ ਜੀ ਦੇ ਡੇਰੇ। ਹੁਣ ਮਿਲਦੇ ਹਾਂ ਹੁਣ ਬਾਬਾ ਜੀ ਦੇ ਡੇਰੇ ਪਹੁੰਚ ਕੇ। ਓਕੇ ਜੀ, ਹਾਂਜੀ ਗਾਇਜ਼, ਆਪਾਂ ਆ ਗਏ ਹੁਣ ਬਾਬਾ ਵੀਰ ਅਮਦਾਸ ਜੀ ਦੇ ਡੇਰੇ 'ਚ। ਬਾਬਾ ਜੀ ਦਾ ਡੇਰਾ ਪਿੱਛੇ ਬਿਲਡਿੰਗ ਦੇਖ ਰਹੇ ਹੋ ਤੁਸੀਂ, ਬਾਬਾ ਜੀ ਦੇ ਡੇਰੇ ਦੀ ਹੈ ਬਿਲਡਿੰਗ। ਇਹ ਲੰਗਰ ਹਾਲ ਹੈ ਜੀ ਪਿੱਛੇ ਜਿਹੜਾ ਤੁਸੀਂ ਦੇਖ ਰਹੇ ਹੋ, ਦੇਖੋ ਕਿੱਡਾ ਸ਼ਾਨਦਾਰ ਲੰਗਰ ਹਾਲ ਹੈ। ਅਤੇ ਤੁਹਾਨੂੰ ਅੱਗੇ ਅੱਗੇ ਦਿਖਾਉਣਾ ਮੈਂ ਡੇਰਾ, ਇਹ ਬਾਬਾ ਜੀ ਦਾ, ਬਾਬਾ ਵੀਰ ਅਮਦਾਸ ਜੀ ਦਾ ਜਿਹੜਾ ਨਾਮ ਸੀਗਾ ਇਹਨਾਂ ਦਾ ਪਹਿਲਾਂ, ਉਹ ਨਾਮ ਸੀਗਾ ਰਤਨ ਦਾਸ। ਮਾਤਾ ਗੁਜਰੀ ਜੀ ਦੇ ਚਚੇਰੇ ਭਰਾ ਸੀਗੇ ਇਹ, ਇਹਨਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਵਚਨ ਹੋਏ ਹੋਏ ਨੇ ਵੀ ਜਿੰਨਾ ਚਿਰ ਰਹਿੰਦੀ ਦੁਨੀਆ ਤੱਕ, ਕਹਿਣ ਦਾ ਮਤਲਬ ਰਹਿੰਦੀ ਦੁਨੀਆ ਤੱਕ ਇਹ ਲੋਕਾਂ ਦਾ ਭਲਾ ਕਰਨਗੇ। ਇਹਨਾਂ ਦੀ ਕਿਰਪਾ ਤੋਂ ਬਿਨਾਂ ਕੋਈ ਪੂਰਨ ਮਹਾਂਪੁਰਸ਼ ਸਾਧ, ਕੋਈ ਮਹਾਂਪੁਰਸ਼ ਨਹੀਂ ਬਣੂਗਾ ਇਹਨਾਂ ਦੇ ਕਿਰਪਾ ਤੋਂ ਬਿਨਾਂ। ਅਤੇ ਇੱਧਰ ਬਾਬਾ ਜੀ ਦੇ, ਇੱਧਰ ਹੈਗਾ ਧੂਣਾ ਬਾਬਾ ਜੀ ਦਾ ਅਤੇ ਨਾਲ ਹੀ ਮਹਾਰਾਜ ਪ੍ਰਕਾਸ਼ ਕਰਾਇਆ ਹੋਇਆ, ਇੱਧਰ ਹੀ ਨਾਲ ਹੀ ਮਹਾਰਾਜ ਪ੍ਰਕਾਸ਼ ਕਰਾਇਆ ਹੋਇਆ। ਸੱਚੀ ਪਾਤਸ਼ਾਹ ਜੀ ਕਿਰਪਾ ਅਤੇ ਅੱਗੇ ਤੁਹਾਨੂੰ ਦਿਖਾਉਣਾ ਜੀ। ਅਤੇ ਇੱਧਰ ਦੇਖੋ ਪਿੱਛੇ ਮੇਰੇ, ਦੇਖੋ ਬਿਲਡਿੰਗ ਉਹ ਤੁਹਾਨੂੰ ਪਹਿਲਾਂ ਦਿਖਾਤੀ, ਅਤੇ ਇੱਧਰ ਦੇਖੋ ਪਿੱਛੇ ਇਹ ਸਾਰਾ ਬਾਬਾ ਜੀ ਦਾ ਡੇਰਾ ਹੀ ਹੈ ਇੱਧਰ। ਅਤੇ ਇੱਧਰ ਪਿੱਛੇ ਸਮਾਧਾਂ ਨੇ ਬਾਬਾ ਜੀ, ਤੁਹਾਨੂੰ ਦਿਖਾਉਣਾ ਅੱਗੇ ਲਿਜਾ ਕੇ ਅਤੇ ਦਿਖਾਉਣਾ ਮੈਨੂੰ ਕਿ ਬਾਬਾ ਜੀ ਮਾਈ ਜੋਨੀ ਦਾਸ ਜੀ ਦੀ ਸਮਾਧ ਹੈ। ਧੰਨ ਧੰਨ ਬਾਬਾ ਵੀਰ ਅਮਦਾਸ ਜੀ ਦੀ ਸਮਾਧ ਹੈ ਜੀ। ਇਹ ਰਾਮ ਜੀ ਦਾਸ ਜੀ ਦੀ ਹੈ ਬਾਬਾ, ਧੰਨ ਧੰਨ ਸ਼੍ਰੀ ਰਾਮ ਜੀ ਦਾਸ ਜੀ ਦੀ ਸਮਾਧ ਹੈ ਜੀ ਇਹ ਦਰਸ਼ਨ। ਇਹ ਬਾਬਾ ਨਿਰਮਲ ਦਾਸ ਜੀ ਦੀ ਸਮਾਧ ਹੈ ਜੀ, ਜਿਹੜਾ ਵੀ ਇੱਥੇ ਆਉਂਦਾ ਦਰਸ਼ਨ ਕਰਦਾ ਇੱਥੋਂ ਆ ਕੇ ਆਪਣੇ ਕੋਈ ਵੀ ਅਰਦਾਸ ਕਰਦਾ ਸੱਚੇ ਮਨ ਨਾਲ, ਹਰ ਕਿਸੇ ਦੀ ਅਰਦਾਸ ਉਰੇ ਸੁਣੀ ਜਾਂਦੀ ਹੈ, ਕੋਈ ਖਾਲੀ ਹੱਥ ਨਹੀਂ ਉਰੇ ਤੋਂ ਗਿਆ। ਇੱਧਰ ਕੰਮ ਚੱਲ ਰਿਹਾ ਉਹ ਸਾਹਮਣੇ ਦੇਖੋ, ਉੱਥੇ ਨਾ ਸਰੋਵਰ ਨਵਾਂ ਬਣ ਰਿਹਾ, ਪਹਿਲਾਂ ਸੀਗਾ ਪੁਰਾਣਾ ਸੀਗਾ, ਕਾਫੀ ਪੁਰਾਣਾ ਹੋ ਗਿਆ ਸੀਗਾ, ਹੁਣ ਨਵਾਂ ਬਣ ਰਿਹਾ। ਅਤੇ ਕਰੋ ਦਰਸ਼ਨ, ਕੋਈ ਵੀ ਸੱਚੇ ਮਨ ਨਾਲ ਅਰਦਾਸ ਕਰੂਗਾ ਤਾਂ ਉਹਦੀ ਪੂਰੀ ਜ਼ਰੂਰ ਹੋਊਗੀ। ਠੀਕ ਹੈ ਜੀ, ਆਪਾਂ ਮਿਲਦੇ ਹਾਂ ਹੁਣ ਅੱਗੇ ਜਾ ਕੇ। ਇਹ ਦੇਖੋ ਸਾਹਮਣੇ ਇਹ ਮੇਨ ਗੇਟ ਆ ਉਰੇ ਬਾਬਾ ਜੀ ਦਾ, ਯਾਨੀ ਕਿ ਗੇਟ ਹੈ ਇੱਥੇ, ਬੜਾ ਸਾਰਾ ਦਰਵਾਜ਼ਾ ਜਿਹੜਾ ਸਾਹਮਣੇ ਦਿਖਦਾ, ਉਹ ਦੇਖੋ ਸਾਹਮਣੇ ਲੱਗਦਾ ਨਾ ਅੰਦਰ, ਉਹ ਦੇਖੋ ਲੱਗਿਆ ਹੋਇਆ, ਇਹ ਮੇਨ ਦਰਵਾਜ਼ਾ। ਅਤੇ ਇਹ ਪਾਰਕਿੰਗ ਆ ਸਾਰੀ, ਉਹ ਇਹ ਦੇਖਿਆ ਅੱਜ ਸੰਡੇ, ਅੱਜ ਲੋਕ ਕੰਮਾਂ ਕਾਰਾਂ 'ਚ ਬਿਜ਼ੀ ਹੋਏ ਨੇ ਇਸ ਕਰਕੇ ਘੱਟ ਆਏ ਵੀ ਨੇ। ਇਹ ਪਾਰਕਿੰਗ ਆ ਫਿਰ ਹੀ, ਖੁੱਲ੍ਹੀ ਡੁੱਲੀ ਪਾਰਕਿੰਗ ਹੈ। ਅਤੇ ਇਹ ਰੋਡ ਆ ਗਿਆ ਸਾਹਮਣੇ, ਠੀਕ ਹੈ ਜੀ, ਮਿਲਦੇ ਹਾਂ। ਸਾਲ ਦੀ ਤੂੰ ਆ ਗਈ ਤੀ,
ਤੇਰਾ ਭਲਾ ਹੋ ਜੇ ਭਾਬਜੋ ਉੱਤੇ ਆਣ ਦੀ ਬਸ ਤੇਰੀ ਕਿੰਨੀ ਦੀ ਤਾਈ ਉਮਰ ਤੂੰ ਚਾਰ ਪੰਜ ਸਾਲ ਬੜਾ ਤਾਈ ਤੂੰ ਲੱਗਦਾ ਤਾਂ ਹੈ ਨੀ ਤੂੰ ਯਾਰ ਛੋਟਾ ਲੱਗਦਾ ਤਾਈ ਤੂੰ ਉਹ ਜਾਣੀ ਕਿ ਅੱਗੇ ਵਧੀਆ ਤਾਂ ਪਹਿਲਾਂ ਵਿਆਹ ਕਰਦੇ ਤੇ ਫਿਰ ਮਕਲਾਵਾ ਦਿੰਦੇ ਤੇ ਹਨਾ ਹੁਣ ਹੁਣ ਤਾਂ ਮੁੜਦੀਆਂ ਗੱਡੀਆਂ ਵੀ ਮੁੱਕ ਗਈਆਂ ਮਕਲਾਵੇ ਮਗਰੂ ਇਹਦਾ ਜਮਾ ਹੀ ਖਤਮ ਹੋ ਗਿਆ ਸਭ ਕੁਛ ਹੁਣ ਤਾਂ ਪੈਲਸ ਅੱਛਾ ਅੱਗੇ ਵਿਆਹ ਵਾਲੇ ਘਰ ਚ ਕਿੰਨੀ ਰੌਣਕ ਹੁੰਦੀ ਸੀ ਹੁਣ ਤਾਂ ਪਤਾ ਹੀ ਨੀ ਲੱਗਦਾ ਵੀ ਇਹਨਾਂ ਦੇ ਵਿਆਹ ਹੁਣ ਜਿੰਦਾ ਲਾਉਂਦੇ ਨੇ ਜਿਨ੍ਹਾਂ ਦੇ ਵਿਆਹ ਹੁੰਦਾ ਉਹਨਾਂ ਦੇ ਐਨ ਸੁਸਰੀ ਮਾਂਗ ਸੁਣਨਾ ਪਿਆ ਹੁੰਦਾ ਹੈ ਪੈਲਸ ਚ ਉੱਥੇ ਨਿਬੇੜ ਕੇ ਆ ਜਾਂਦੇ ਨੇ ਘਰੇ ਵਿਹਲੇ ਜੋ ਕੇ ਆ ਜਾਂਦੇ ਨੇ ਕੋਈ ਨੀ ਗਿਆ ਫੇਰ ਨਹੀਂ ਵਿਆਹ ਵਾਲੇ ਤੇ ਹੁਣ ਮੇਰੇ ਵਿਆਹ ਨੂੰ ਇੱਥੇ ਇੱਕ ਹਫ਼ਤਾ ਰਿਸ਼ਤੇਦਾਰਾਂ ਦਾ ਕੰਮ ਚੱਲੀ ਗਿਆ ਇੱਥੇ ਹੀ ਰਹੇ ਇੱਕ ਹਫ਼ਤਾ ਰਿਸ਼ਤੇਦਾਰ ਕਿੰਨੀ ਰੌਣਕ ਸੀ ਨਾਲੇ ਕਿਹੜਾ ਬਹੁਤ ਦੂਰ ਦੀਆਂ ਗੱਲਾਂ ਨੇ ਆਹ ਹੁਣ ਦੀਆਂ ਗੱਲਾਂ ਨੇ 2003 ਦੀ ਗੱਲ ਹੈ ਹੋਰ 20 ਸਾਲ ਦੇਖ ਲੈ 20 ਸਾਲ ਐ ਲੱਗਦਾ ਵੀ ਕੱਲ ਦੀ ਗੱਲ ਹੈ ਹਾਂਜੀ ਗਾਇਜ਼ ਅੱਜ ਦਾ ਬਲੌਗ ਕਿੱਦਾਂ ਦਾ ਲੱਗਿਆ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਅਤੇ ਸਪੋਰਟ ਕਰਿਓ ਮੇਰੇ ਚੈਨਲ ਗੁਰਸਿੱਧੂ PV23 ਨੂੰ ਅਤੇ ਕੱਲ੍ਹ ਨੂੰ ਮਿਲਾਂਗੇ ਆਪਾਂ ਨਵੇਂ ਵੀਡੀਓ ਦੇ ਨਾਲ ਅਤੇ ਲੈ ਕੇ ਆਵਾਂਗੇ ਜਮਲਾ ਜੱਟ ਜੀ ਨੂੰ ਅਤੇ ਉਹਨਾਂ ਤੋਂ ਲਵਾਂਗੇ ਉਹ ਸਵਾਲਾਂ ਦੇ ਜਵਾਬ ਜਿਹੜੇ ਆਪਾਂ ਨੂੰ ਪਿਛਲੀ ਵੀਡੀਓ ਦੇ ਵਿੱਚ ਪਾ ਕੇ ਗਏ ਸੀ ਠੀਕ ਹੈ ਜੀ ਮਿਲਦੇ ਹਾਂ ਕੱਲ੍ਹ ਨੂੰ ਨਵਾਂ ਦਿਨ ਨਵੀਂ ਵੀਡੀਓ ਨਾਲ ਸਤਿ ਸ਼੍ਰੀ ਅਕਾਲ ਜੀ